ਇੰਟਰਨੈਸ਼ਨਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਦਾ ਸਾਲਾਨਾ ਇਨਾਮ ਵੰਡ ਅਤੇ ਸਾਹਿਤਮਿਕ ਸਮਾਗਮ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਸਮਾਗਮ ਦੀ ਸ਼ੁਰੂਆਤ ਰਾਸ਼ਟਰੀ ਗਾਨ ਅਤੇ ਦੇਸ਼ ਭਗਤੀ ਦੇ ਗੀਤਾਂ ਨਾਲ ਹੋਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇੰਟਰਨੈਸ਼ਨਲ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਅੱਜ ਕੱਲ੍ਹ ਦੇ ਸਮੇਂ ਵਿੱਚ ਬੱਚਿਆਂ ਨੂੰ ਪੜ੍ਹਾਈ ਦੇ ਨਾਲ ਮਨੋਰੰਜਨ ਦੀ ਵੀ ਲੋੜ ਹੈ। ਇਸ ਨੂੰ ਦੇਖਦੇ ਹੋਏ ਸਾਡੇ ਸਕੂਲ ਵਿੱਚ ਹਰ ਸਾਲ ਸਾਲਾਨਾ ਸਮਾਰੋਹ ਕਰਾਇਆ ਜਾਂਦਾ ਹੈ। ਇਹਨਾਂ ਸਮਾਰੋਹ ਦੇ ਰਾਹੀਂ ਬੱਚਿਆਂ ਨੂੰ ਆਪਣੇ ਹੁਨਰ ਸਾਬਿਤ ਕਰਨ ਦਾ ਮੌਕਾ ਵੀ ਮਿਲਦਾ ਹੈ। ਇਸ ਉਪਰੰਤ ਸਰਸਵਤੀ ਵੰਦਨਾ ਸ਼ਬਦ ਗਾਇਨ ਕੀਤੇ ਗਏ। ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਬਜ਼ੁਰਗਾਂ ਦੇ ਸਤਿਕਾਰ ਵਿੱਚ ਡਰਾਮਾ ਪੇਸ਼ ਕਰਕੇ ਮਾਹੌਲ ਨੂੰ ਭਾਵੁਕ ਕਰ ਦਿੱਤਾ। ਇਸ ਦੇ ਨਾਲ ਹੀ ਵਿਦਿਆਰਥੀਆਂ ਨੇ ਵੱਖ ਵੱਖ ਆਈਟਮਾਂ ਰਾਹੀਂ ਵਾਤਾਵਰਨ ਨੂੰ ਸੰਭਾਲਣ ਦਾ ਹੋਕਾ ਵੀ ਦਿੱਤਾ। ਕਰ ਰਹੇ ਨੇ ਇਹ ਸਿਲੇਬਸ ਤੋਂ ਇਲਾਵਾ ਜਾਂ ਅਕੈਡੈਮਿਕਸ ਤੋਂ ਇਲਾਵਾ ਬੱਚਿਆਂ ਦਾ ਜਿਹੜਾ ਐਕਸਟਰਾ ਕਰੀਕੁਲਰ ਐਕਟੀਵਿਟੀਜ਼ ਹੈ ਉਹਦੇ 'ਚ ਇਹਨਾਂ ਨੂੰ ਹੈਲਪ ਕਰਦਾ। ਬੱਚੇ ਨੂੰ ਐਕਸਪੋਜਰ ਮਿਲਦਾ ਅਤੇ ਸਟੇਜ ਫੇਅਰ ਉਹਨਾਂ ਦਾ ਖਤਮ ਹੁੰਦਾ। ਇਸ ਲਈ ਅਸੀਂ ਹਰ ਸਾਲ 2 ਜਾਂ 3 ਫੰਕਸ਼ਨ ਕਰਾਉਂਦੇ ਹਾਂ ਜਿਹਦੇ 'ਚ ਆਲਮੋਸਟ ਸਾਰੇ ਬੱਚੇ ਸਾਡੇ ਪਾਰਟੀਸਪੇਟ ਕਰਦੇ ਨੇ। ਅਤੇ ਇਸ ਫੰਕਸ਼ਨ ਦੇ ਵਿੱਚ ਅਸੀਂ ਸਾਰੇ ਕੰਟਰੀ ਦੇ ਕਲਰਸ ਲਏ ਨੇ, ਡਿਫਰੈਂਟ ਡਿਫਰੈਂਟ ਸਟੇਟਸ ਦੀਆਂ ਆਈਟਮਸ ਨੇ ਜਿਹੜੀਆਂ ਕਿ ਮਤਲਬ ਬੱਚੇ ਇੱਥੇ ਪਰਫੋਰਮ ਕਰ ਰਹੇ ਨੇ। ਅਤੇ ਬੜਾ ਕੌਨਫੀਡੈਂਸ ਹੈ ਬੱਚਿਆਂ ਦੇ ਵਿੱਚ, ਬੱਚੇ ਅਤੇ ਟੀਚਰਸ ਦੋਨਾਂ ਦੀ ਮਿਹਨਤ ਦਾ ਨਤੀਜਾ ਹੈ ਜਿਹੜਾ ਇੰਨੇ ਅੱਛੇ ਅਤੇ ਕਲਰਫੁੱਲ ਇਵੈਂਟ ਬੱਚਿਆਂ ਨੇ ਅੱਜ ਪੇਸ਼ ਕੀਤਾ। ਖਰੜ ਤੋਂ ਡੇਵਿਡ ਵਰਮਾ, ਜੀਵੇ ਪੰਜਾਬ ਟੀਵੀ।